ओहो, अज की कर रही हैं? अज मैं इहो जी चीज़ दसन जा रही हाँ जिदे तो जिहड़ी यूज़ करके कैंसर नाँ दी भयानक बीमारी तो बचा जा सकता है। अच्छा, हाँ एड्डी वड्डी जी गल हो गई। हाँ जी हल्दी आपां बिना तेल तो? हाँ जी आप बिना तेल तो जिहड़ी कि हल्दी यूज़ करांगे ते आपां एक फ्राई पैन लै लिया तो उहदे च आपां पाती है हल्दी ते हुण आपां हल्दी नूं इहदे च भुन्नांगे जानी कि इहदा कलर जिन्ना चिर ब्लैक नहीं हुंदा उन्ना टाइम आपां इहनूं भुन्नदे रहांगे। अच्छा, इहदे नाल यार की बन जूगा? मैनूं तां समझ तों बाहर हो गया भी हल्दी सीधी भुन्नी जाने आपां। इन्ना तां सुणिया सीगा भी हल्दी चंगी बहुत हुंदी है कैंसर वर्गियां बीमारियां तों, हाँ आपां नूं जी बचाउंदी है, ते पर इहनूं यूज कैवें करना उहदे बारे नहीं सी इन्ना पता। ਉਦਾਂ ਤਾਂ ਆਪਾਂ ਯੂਜ਼ ਕਰਦੇ ਹਾਂ ਇਹਨੂੰ ਖਾਣ ਦੇ ਵਿੱਚ ਪਰ ਆਪਾਂ ਅੱਜ ਇਹਨੂੰ ਖਾਣ 'ਚ ਯੂਜ਼ ਨਹੀਂ ਕਰਾਂਗੇ ਇਹਦਾ ਅਲੱਗ ਤੋਂ ਆਪਾਂ ਪ੍ਰਯੋਗ ਕਰਾਂਗੇ ਜਿਹਦੇ ਨਾਲ ਆਪਾਂ ਕੈਂਸਰ ਨਾਂ ਦੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ। ਚਲੋ ਦੇਖ ਲੈਂਦੇ ਹਾਂ ਕੀ ਚੀਜ਼ ਬਣਦੀ ਹੈ। ਦੋਸਤੋ, ਹਾਂ ਜੀ ਤੁਸੀਂ ਵੀਡੀਓ ਸ਼ੇਅਰ ਕਰਿਓ ਤਾਂ ਜੋ ਸਾਨੂੰ ਹੌਸਲਾ ਮਿਲੇ, ਅਸੀਂ ਹੋਰ ਤੁਹਾਡੇ ਵਾਸਤੇ ਵਧੀਆ ਵਧੀਆ ਟਿਪ ਲੈ ਕੇ ਆਈਏ ਅਤੇ ਤੁਹਾਨੂੰ ਗਾਈਡ ਕਰੀਏ। ਅਤੇ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸਾਨੂੰ ਪਿਛਲੇ ਕੁਝ ਦਿਨਾਂ ਤੋਂ, ਅਤੇ ਇਸੇ ਤਰ੍ਹਾਂ ਆਪਦਾ ਪਿਆਰ ਬਣਾ ਕੇ ਰੱਖਿਓ। ਅਤੇ ਇਹਨੂੰ ਆਪਾਂ ਹੁਣ ਬਲੈਕ ਕਰਨਾ, ਹਾਂ ਜੀ ਕਿਤੇ ਇਹ ਨਾ ਆਉਂਦਾ ਵੀ 20-25 ਰੁਪਿਆਂ ਦੀ ਬਲੈਕ ਹਲਦੀ। ਇਹਨੂੰ ਆਪਾਂ ਕਰਨਾ ਪਰ ਸਿਮ ਗੈਸ ਤੇ ਕਰਨਾ ਆਪਾਂ ਇਹ ਨਹੀਂ ਗਾ ਵੀ ਤੇਜ਼ ਗੈਸ ਕਰਕੇ ਫਿਰ ਇਹਦਾ ਅਸਰ ਹੀ ਹੈ ਜਿਹੜਾ ਖਤਮ ਹੋ ਜਾਊਗਾ। ਅੱਛਾ, ਇਹਨੂੰ ਬਲੈਕ ਕਰ ਲੈਣਾ ਆਪਾਂ। ਹਾਂ ਜੀ ਇਹਦਾ ਵੈਸੇ ਬਣਾਉਣ ਕੀ ਲੱਗੇ ਆਪਾਂ? ਇਹਦਾ ਆਪਾਂ ਬਣਾਉਣ ਲੱਗੇ ਹਾਂ ਜੀ ਹੇਅਰ ਡਾਈ। ਅੱਛਾ, ਹਾਂ ਜੀ ਆਹ ਦੇਖੋ ਕਲਰ ਹੈ ਜਿਹੜਾ ਅੱਗੇ ਨਾਲੋਂ ਚੇਂਜ ਹੋ ਗਿਆ ਹਲਦੀ ਦਾ ਪਰ ਇਹਨੂੰ ਆਪਾਂ ਪੂਰਾ ਬਲੈਕ ਪਾਊਡਰ ਦੀ ਤਰ੍ਹਾਂ ਬਣਾ ਲਾਂਗੇ ਜਦੋਂ ਜਿੰਨਾ ਚਿਰ ਬਲੈਕ ਕਲਰ ਨਹੀਂ ਹੁੰਦਾ ਉਨਾ ਚਿਰ ਆਪਾਂ ਇਹਨੂੰ ਇੱਦਾਂ ਹੀ ਪਕਾਈ ਜਾਵਾਂਗੇ। ਅੱਛਾ, ਇਹਦਾ ਹੁਣ ਘਰੇ ਆਪਾਂ ਹੇਅਰ ਡਾਈ ਵੀ ਬਣਾ ਸਕਦੇ ਹਾਂ? ਹਾਂ ਜੀ ਆਪਾਂ ਇਹਦੀ ਹੇਅਰ ਡਾਈ ਬਣਾਵਾਂਗੇ ਅਤੇ ਜਿਵੇਂ ਹੁਣ ਆਪਾਂ ਬਾਜ਼ਾਰੋਂ ਹੈ ਨਾ ਕੈਮੀਕਲਸ ਵਾਲੀਆਂ ਹੁੰਦੀਆਂ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਉਹਨਾਂ ਡਾਈਜ਼ ਦੇ ਵਿੱਚ ਅਤੇ ਜਿੱਦਾਂ ਆਪਾਂ ਯੂਜ਼ ਕਰਦੇ ਹਾਂ ਤਾਂ ਆਪਾਂ ਨਾਲ ਅੱਖਾਂ 'ਤੇ ਵੀ ਇਫੈਕਟ ਪੈਂਦਾ ਅੱਖਾਂ ਦੀ ਆਈ ਸ਼ੈਡ ਵੀ ਆਪਣੀ ਵੀਕ ਹੁੰਦੀ ਹੈ ਜਿਹੜੇ ਆਪਾਂ ਕੈਮੀਕਲ ਵਾਲੀ ਡਾਈ ਯੂਜ਼ ਕਰਦੇ ਹਾਂ ਪਰ ਇਹ ਜਿਹੜੀ ਹੈ ਨੈਚੁਰਲ ਤਰੀਕੇ ਨਾਲ ਬਣੂਗੀ ਡਾਈ। ਕਮਾਲ ਹੋ ਗਈ, ਇਹ ਕਿੱਥੋਂ ਟ੍ਰਿਕ ਦੇਖੀ ਆ? ਬਸ ਜੀ ਤੁਹਾਨੂੰ ਕਲਰ ਆ ਜਿਹੜਾ ਕਾਫੀ ਬਲੈਕ ਹੋ ਗਿਆ। ਠੀਕ ਹੈ, ਇਹ ਤਾਂ ਫਿਰ ਦੋਸਤਾਂ ਨੂੰ ਸ਼ੇਅਰ ਕਰਨੀ ਚਾਹੀਦੀ ਕਿਉਂਕਿ ਹੇਅਰ ਡਾਈ ਤਾਂ ਆਪਾਂ ਰੋਜ਼ ਰੈਗੂਲਰ ਯੂਜ ਕਰਦੇ ਹਾਂ। ਹਾਂਜੀ ਕਈ ਪਰ ਇਹ ਜਿਹੜੀ ਯੂਜ਼ ਕਰਨੀ ਹੈ ਇਹ ਉਹਨਾਂ ਲਈ ਹੈ ਵੀ ਜਿਨ੍ਹਾਂ ਦੀ ਹਜੇ ਸਟਾਰਟਿੰਗ ਹੋ ਰਹੀ ਹੈ। ਅੱਛਾ, ਹਾਂਜੀ ਵੀ ਅੱਜ ਕੱਲ੍ਹ ਤਾਂ ਨਿੱਕੇ ਨਿੱਕੇ ਬੱਚਿਆਂ ਦੇ ਹੇਅਰ ਹੀ ਆ ਜਿਹੜੇ ਵਾਈਟ ਹੋ ਰਹੇ ਨੇ ਗੇ ਗ੍ਰੇ ਹੇਅਰ ਆ ਰਹੇ ਨੇ ਅਤੇ ਇਹ ਉਹਨਾਂ ਵਾਸਤੇ ਹੈ ਲੋ ਵੀ ਜਿਨ੍ਹਾਂ ਦੀ ਦੋਸਤੋ। ਸਟਾਰਟਿੰਗ ਆ ਹਜੇ ਦੋ ਚਾਰ ਹੇਅਰ ਆ ਜਿਹੜੇ ਕਿ ਉਹਨਾਂ ਦੇ ਹਜੇ ਆਏ ਆ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਅਤੇ ਇੱਦਾਂ ਹੀ ਇਹਨੂੰ ਹਿਲਾਵਾਂਗੇ ਕਿਉਂਕਿ ਲਗਭਗ ਇਹ ਆ ਜਿਹੜਾ ਕਿ ਇਹਦਾ ਬਲੈਕ ਕਲਰ ਆ ਚੁੱਕਿਆ। ਦੋਸਤੋ, ਤੁਸੀਂ ਘਰੇ ਸਿੱਖੋ ਹੇਅਰ ਡਾਈ ਕਿੱਦਾਂ ਬਣਦੀ ਆ, ਇਸ ਤੋਂ ਅਗਲਾ ਪ੍ਰੋਸੈਸ ਕੀ ਆ ਉਹ ਵੀ ਦੱਸੂਗੀ ਪਵਨ ਹੁਣ ਤੁਹਾਨੂੰ। ਹੁਣ ਆਪਾਂ ਇਹਨੂੰ ਇੱਕ ਕੌਲੀ 'ਚ ਕੱਢ ਲਾਂਗੇ ਯਾਰ। ਇਹ ਤਾਂ ਬਹੁਤ ਵਧੀਆ ਟ੍ਰਿਕ ਆ ਜੇ ਕਿਉਂਕਿ ਕਿੰਨੇ ਲੋਕਾਂ ਦੇ ਵਾਲ ਕਾਲੇ। ਹਾਂਜੀ ਅੱਜ ਕੱਲ੍ਹ ਤਾਂ ਨੋਰਮਲ ਗੱਲ ਹੀ ਹੈ ਵਾਲ ਚਿੱਟੇ ਹੋਣੇ ਤਾਂ ਸਭ ਦੇ ਅਤੇ ਇੱਕ ਹੁਣ ਮੈਂ ਤੁਹਾਨੂੰ ਇਹ ਗੱਲ ਕਹਿ ਦਾਂ ਵੀ ਜਿਹੜੀ ਇਹ ਡਾਈ ਬਣੂਗੀ ਕਿਹਨੇ ਯੂਜ਼ ਕਰਨੀ ਆ ਇਹ ਉਹਨਾਂ ਨੇ ਯੂਜ਼ ਕਰਨੀ ਆ ਜਿਨ੍ਹਾਂ ਦੇ ਹਜੇ ਸਟਾਰਟਿੰਗ ਹੈ ਜਿਨ੍ਹਾਂ ਦੇ ਸਾਰੇ ਹੇਅਰ ਹੀ ਚਿੱਟੇ ਹੋ ਚੁੱਕੇ ਆ ਉਹਨਾਂ ਲਈ ਨਹੀਂ ਹੈਗੀ ਇਹ। ਹੁਣ ਆਪਾਂ ਇਹਨੂੰ ਕੀ ਛਾਣ ਲਾਂਗੇ ਛਾਣਨੀ 'ਚ। ਅੱਛਾ, ਹਾਂਜੀ ਕਿਉਂਕਿ ਜੇ ਇਹਦੇ ਵਿੱਚ ਡਲੀਆਂ ਜਾਂ ਬੱਝੀਆਂ ਹੋਣਗੀਆਂ ਉਹ ਚੰਗੀ ਤਰ੍ਹਾਂ ਖੁਰ ਜਾਣਗੀਆਂ। ਖੁਰ ਜਾਣਗੀਆਂ। ਤੁਸੀਂ ਆਪਣੇ ਹੇਅਰਸ ਦੇ ਅਕੋਰਡਿੰਗ ਆ ਜਿਹੜੀ ਕਿ ਬਣਾ ਲੈਣੀ ਹੈ ਜੇ ਤੁਹਾਡੇ ਜ਼ਿਆਦਾ ਮਤਲਬ ਕਿ ਲੰਮੇ ਹੇਅਰ ਹੈ ਤਾਂ ਵੀ ਜ਼ਿਆਦਾ ਹੈਗੇ ਆ ਤਾਂ ਤੁਸੀਂ ਉਸ ਅਕੋਰਡਿੰਗ ਇਹ ਜਿਹੜਾ ਕਿ ਤਿਆਰ ਕਰ ਲੈਣੀ ਆ।
ਇੱਥੇ ਤਾਂ ਆਪਾਂ ਖਰਚਾ ਵੀ ਥੋੜਾ ਲੱਗਦਾ ਹੋਊਗਾ ਫਿਰ ਤਾਂ ਬਿਲਕੁਲ ਜੀ ਬਸ ਜਿਹੜੀਆਂ ਆਪਣੇ ਨਾਰਮਲ ਘਰ ਦੇ ਵਿੱਚ ਯੂਜ਼ ਹੁੰਦੀਆਂ ਚੀਜ਼ਾਂ ਆਪਾਂ ਉਹੀ ਵਰਤਣੀਆਂ ਤੇ ਇਸ ਤੋਂ ਬਾਅਦ ਕੀ ਕਰਨਾ ਦਾ ਹੁਣ ਆਪਾਂ ਇਹਦੇ ਵਿੱਚ ਹੈ ਕਿ ਵਿਟਾਮਿਨ ਈ ਦਾ ਇੱਕ ਕੈਪਸੂਲ ਪਾਵਾਂਗੇ ਅੱਛਾ ਹਾਂਜੀ ਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਆਲਮੰਡ ਆਇਲ ਪਾਵਾਂਗੇ ਠੀਕ ਹੈ ਹਾਂਜੀ ਜਿਹੜਾ ਇਹਦਾ ਪੇਸਟ ਬਣਾਉਣਾ ਆਪਾਂ ਮਤਲਬ ਕਿ ਗਾੜਾ ਹੀ ਹੋਣਾ ਚਾਹੀਦਾ ਪਤਲਾ ਨਹੀਂ ਹੋਣਾ ਚਾਹੀਦਾ ਗਾ ਕਿਉਂਕਿ ਜਿੰਨਾ ਜ਼ਿਆਦਾ ਇਹ ਪਤਲਾ ਹੋਊਗਾ ਉਨਾ ਹੀ ਜਿਹੜਾ ਕਿ ਇਹਦੇ 'ਚ ਅਸਰ ਵੀ ਘੱਟ ਹੋਊਗਾ ਅਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਐਲੋਵੀਰਾ ਜੈਲ ਪਾਵਾਂਗੇ ਤੁਸੀਂ ਚਾਹੋ ਤਾਂ ਘਰ ਵਾਲੀ ਨੈਚੁਰਲ ਐਲੋਵੀਰਾ ਜੈਲ ਇਹਦਾ ਰਿਜ਼ਲਟ ਕਿੰਨੇ ਕੁ ਦਿਨਾਂ ਤੱਕ ਆਉਣ ਲੱਗ ਜਾਂਦਾ ਪਵਨ ਬਸ ਜਦੋਂ ਤੁਸੀਂ ਯੂਜ਼ ਕਰੋਗੇ ਉਦੋਂ ਬਾਅਦ ਜਿੱਦਾਂ ਆਪਾਂ ਕਲਰ ਵਗੈਰਾ ਯੂਜ਼ ਕਰਦੇ ਹਾਂ ਰਿਜ਼ਲਟ ਆ ਜਾਂਦਾ ਉਦਾਂ ਹੀ ਇਹਦਾ ਰਿਜ਼ਲਟ ਆਉਣਾ ਅੱਛਾ ਵੀ ਤੁਰਤ ਫੁਰਤ ਆ ਜਾਊਗਾ ਹਾਂਜੀ ਠੀਕ ਜਿੱਦਾਂ ਆਪਾਂ ਸਟਾਪ ਕਰ ਸਕਦੇ ਹਾਂ ਜਿਹੜੀ ਆਪਣੀ ਹੇਅਰਸ ਦੀ ਸਟਾਰਟਿੰਗ ਹੈਗੀ ਆ ਠੀਕ ਆ ਨਾਲੇ ਤਾਂ ਕੋਈ ਸਾਈਡ ਇਫੈਕਟ ਵੀ ਨਹੀਂਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਐਲੋਵੀਰਾ ਜੈਲ ਪਾਵਾਂਗੇ ਵੈਸੇ ਤਾਂ ਆਇਲ ਨਾਲ ਤੇ ਐਲੋਵੀਰਾ ਜੈਲ ਦੇ ਨਾਲ ਹੀ ਜਿਹੜਾ ਕਿ ਇਹਦਾ ਪੇਸਟ ਰੈਡੀ ਹੋ ਹੀ ਗਿਆ ਤੇ ਆਪਾਂ ਜ਼ਿਆਦਾ ਪਤਲਾ ਨਹੀਂ ਕਰਾਂਗੇ ਇਹਨੂੰ ਅਪਲਾਈ ਜੜਾਂ 'ਚ ਕਰਨਾ ਜਿੱਥੇ ਜਿੱਥੇ ਆਪਣੇ ਹੇਅਰ ਵਾਈਟ ਹੈਗੇ ਆ ਉੱਥੇ ਉੱਥੇ ਅਪਲਾਈ ਕਰਨਾ ਆਪਾਂ ਠੀਕ ਹੈ ਠੀਕ ਸਾਰੇ ਹੇਅਰਸ 'ਤੇ ਨਹੀਂ ਲਗਾਉਣਾ ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਹਲਕਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਣੀ ਪਾਵਾਂਗੇ ਨਹੀਂ ਤਾਂ ਫਿਰ ਜੇ ਆਪਾਂ ਜ਼ਿਆਦਾ ਇਹਨੂੰ ਪਤਲਾ ਕਰ ਲਾਂਗੇ ਤਾਂ ਇਹਨੇ ਅਸਰ ਨਹੀਂ ਹੋਣਾ ਇਹ ਤਾਂ ਪੂਰੀ ਡਾਈ ਬਣ ਗਈ ਪਵਨ ਜਮੇ ਹਾਂਜੀ ਨੈਚੁਰਲ ਡਾਈ ਆ ਦੇਖੋ ਹੁਣ ਆ ਜਿਹੜਾ ਪੇਸਟ ਆ ਅੱਛਾ ਇਹ ਜ਼ਿਆਦਾ ਪਤਲਾ ਨਹੀਂ ਗਾ ਇਹਨੂੰ ਅਪਲਾਈ ਕਿਵੇਂ ਕਰਨਾ ਉਹਦੇ ਚਿੱਟੇ ਵਾਲਾਂ ਤੇ ਇੱਦਾਂ ਕਿ ਜਿੱਦਾਂ ਮੇਰੇ ਵੀ ਫਰੰਟ ਤੇ ਹੈਗੇ ਚਿੱਟੇ ਵਾਲ ਹਾਂ ਹਾਂ ਅਪਲਾਈ ਕਰ ਲੈ ਮੈਂ ਤੇ ਠੀਕ ਠੀਕ ਹਾਂਜੀ ਤੇ ਕਿੰਨੇ ਟਾਈਮ 'ਚ ਅਸਰ ਕਰ ਜਾਂਦਾ ਵੀ ਇਹ ਘੱਟੋ ਘੱਟ ਆਪਾਂ ਨੂੰ ਘੰਟਾ ਡੇਢ ਤਾਂ ਆਪਾਂ ਨੂੰ ਰੱਖਣਾ ਜਿੰਨਾ ਚਿਰ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹੈ ਨਾ ਹਾਂ ਹਾਂ ਤੇ ਇੱਦਾਂ ਇਹਨੂੰ ਅਪਲਾਈ ਕਰ ਲੈਣਾ ਆਪਣੇ ਸਾਰੇ ਦੇ ਜਿੱਥੇ ਆਪਣੇ ਜ਼ਿਆਦਾਤਰ ਫਰੰਟ ਤੇ ਹੀ ਆਉਂਦੇ ਆ ਹੇਅਰ ਵਾਈਟ ਤੇ ਸੋ ਤੁਸੀਂ ਇਹ ਨੈਚੁਰਲ ਡਾਈ ਹੈ ਜਿਹੜੀ ਯੂਜ਼ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੋ ਫਿਰ ਅੱਗੇ ਵੀ ਆਪਾਂ ਜਿਹੜੀ ਨਿਊ ਟਿਪ ਲੈ ਕੇ ਆਵਾਂਗੇ ਜਿਹੜੀ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਊਗੀ ਥੈਂਕ ਯੂ ਸੋ ਮੱਚ